ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਆਤੰਕੀ ਹਮਲੇ ਤੁਸੀਂ ਲੱਖ ਕਰ ਲਓ, ਆਤੰਕੀ ਹਮਲੇ ਤੁਸੀਂ ਲੱਖ ਕਰ ਲਓ ਪਰ ਡਰਦੇ ਸਾਡੇ ਜਵਾਨ ਨਾ, ਆਤੰਕੀ ਹਮਲੇ ਤੁਸੀਂ ਲੱਖ ਕਰ ਲਓ ਪਰ ਡਰਦੇ ਸਾਡੇ ਜਵਾਨ ਨਾ। ਇੰਨੀ ਦਲੇਰੀ ਵੇਖ ਕੇ ਆਤੰਕੀ ਪਏ ਹੈਰਾਨ ਆ, ਇੰਨੀ ਦਲੇਰੀ ਵੇਖ ਕੇ ਆਤੰਕੀ ਪਏ ਹੈਰਾਨ ਆ। ਜਦ ਕੀਤੀ ਸਰਜੀਕਲ ਸਟ੍ਰਾਈਕ ਸੀ ਉਦੋਂ ਥਰ ਥਰ ਤੁਸੀਂ ਕੰਬੇ ਸੀ, ਜਦ ਕੀਤੀ ਸਰਜੀਕਲ ਸਟ੍ਰਾਈਕ ਸੀ ਉਦੋਂ ਥਰ ਥਰ ਤੁਸੀਂ ਕੰਬੇ ਸੀ, ਹੁਣ ਭਾਵੇਂ ਫੂਕੀ ਜਾਓ ਈਦ ਮਗਰੋਂ ਤੰਬੇ ਬਈ। ਅਸੀਂ ਫਿਰ ਦਲੇਰੀ ਵਿਖਾਵਾਂਗੇ ਫਿਰ ਹਿੱਕ ਦੇ ਜ਼ੋਰ 'ਤੇ ਲੜਨ ਲਿਆਵਾਂਗੇ, ਅਸੀਂ ਫਿਰ ਦਲੇਰੀ ਵਿਖਾਵਾਂਗੇ ਹਿੱਕ ਦੇ ਜ਼ੋਰ 'ਤੇ ਲੜਨ ਲਿਆਵਾਂਗੇ, ਅਸੀਂ ਫਿਰ ਵੇਖਾਂਗੇ ਤੁਹਾਡੀ ਚਲਾਕੀਆਂ, ਅਸੀਂ ਫਿਰ ਵੇਖਾਂਗੇ ਤੁਹਾਡੀ ਚਲਾਕੀਆਂ, ਕਿਉਂਕਿ ਰੋਂਦ ਸਾਡੇ ਅਜੇ ਬਾਕੀ ਆ, ਕਿਉਂਕਿ ਰੋਂਦ ਸਾਡੇ ਅਜੇ ਬਾਕੀ ਆ। ਮੈਂ ਇਹੀ ਕਹਿਣਾ ਚਾਹਾਂਗਾ ਸਰਕਾਰ ਨੂੰ ਤਾਂ ਠੋਸ ਕਦਮ ਲੈਣੇ ਚਾਹੀਦੇ ਹਨ ਪਰ ਸਾਨੂੰ ਆਪਣੇ ਜਿਹੜੇ ਸ਼ਹੀਦ ਹੋਏ ਹਨ ਉਹਨਾਂ 'ਤੇ ਮਾਣ ਕਰਨਾ ਚਾਹੀਦਾ ਹੈ ਸੋਗ ਤੋਂ ਜ਼ਿਆਦਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।